ਇਹ ਮੈਂ ਆਪਾਂ ਸੁਣਾ ਤੁਹਾਨੂੰ ਸਾਰਾ ਗ੍ਰਾਂ ਹੈ ਸਾਰਾ ਹੈ ਨਾ, ਸਾਰਾ ਸਮਝ ਲਓ ਜੀ ਜਿਹੜਾ ਸੈੱਲ ਬਣਾ ਉਹਦੇ ਕੋ ਕਨਵੀਨਰ ਨੇ ਸਾਡੇ ਜੇਕੇ ਯੂਟੀ ਦੇ ਸੁਰਜੀਤ ਸਿੰਘ। ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਭਾਰਤੀ ਜਨਤਾ ਪਾਰਟੀ ਜਿੰਦਾਬਾਦ, ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਸੰਤ ਕਹੇਗੇ, ਸੰਤ ਲਿਖੇਗੇ, ਸੰਤ ਚੁਣੇਗੇ। ਤੇ ਸਾਡੇ ਪਰਮੰਡਲ ਪੁੱਤਰ ਬੈਣੀ ਲੇਕਿਨ ਇਸ ਵਾਰੀ ਦੇ ਇਲੈਕਸ਼ਨ ਕਿਉਂ ਪਾਸ ਹੈ, ਕਿਉਂਕਿ ਜਿਹੜਾ ਸੁਪਨਾ ਮਹਾਰਾਜਾ ਹਰੀ ਸਿੰਘ ਜੀ ਨੇ, ਜਿਹੜਾ ਸੁਪਨਾ ਪੰਡਿਤ ਪ੍ਰੇਮਨਾਥ ਡੋਗਰਾ ਜੀ ਨੇ, ਜਿਹੜਾ ਸੁਪਨਾ ਸ਼ਾਮਾ ਪ੍ਰਸ਼ਾਦ ਮੁਖਰਜੀ ਨੇ ਲਿੱਤਾ ਹੈ ਕਿ ਦੇਸ਼ ਦੇ ਵਿੱਚ ਦੋ ਨਿਸ਼ਾਨ ਨਹੀਂ ਹੋਣੇ ਚਾਹੀਦੇ, ਦੋ ਸੰਵਿਧਾਨ ਨਹੀਂ ਹੋਣੇ ਚਾਹੀਦੇ, ਦੋ ਨਿਸ਼ਾਨ ਨਹੀਂ ਹੋਣੇ ਚਾਹੀਦੇ। ਅੱਜ ਸਾਰੇ ਦੀ ਸਮਾਪਤੀ ਹੋਈ ਹੈ ਔਰ ਇਸਦਾ ਬਾਅਦ ਜਿਹੜਾ ਸਾਡਾ ਵੋਟ ਹੈ ਉਹ ਵੋਟ ਕਾਸਟ ਹੋਣਾ ਹੈ। ਔਰ ਮੇਰੀ ਪੂਰਾ ਹੀ ਵਿਸ਼ਵਾਸ ਹੈ, ਮੈਂ ਸਾਰੇ ਕੋਲ ਪਹਿਲਾਂ ਪਿਛਲੀ ਗ੍ਰਾਂ ਦੀ ਦਿਲ ਦੀ ਗਹਿਰਾਈ ਉਪਰਾ ਮੈਂ ਧੰਨਵਾਦ ਕਰਨਾ ਕਿ ਮੈਂ ਜਦੋਂ ਪਹਿਲੀ ਵਾਰੀ ਲੜਿਆ ਹਾਂ ਤਾਂ ਵੀ ਥੋੜ੍ਹਾ ਵੋਟ ਵੀ ਪਿਆ ਜ਼ਿਆਦਾ, ਦੂਜੀ ਵਾਰ ਲੜਿਆ ਤਾਂ ਵੀ ਹੋਇਆ, ਤੀਜੀ ਵਾਰੀ ਭਾਈ ਜਿੱਤਿਆ ਤਾਂ ਵੀ ਹੋਇਆ, ਅਤੇ ਹੁਣ ਚੌਥੀ ਵਾਰ ਹੈ ਅਤੇ ਹੁਣ ਜਿਹੜਾ ਸ਼ਤ ਪ੍ਰਤੀਸ਼ਤ ਵੋਟ ਜਿਹੜਾ ਉਹ ਕਮਲ ਦਾ ਫੁੱਲ ਖੇਡਣਾ ਚਾਹੀਦਾ। ਮੈਂ ਤੁਹਾਨੂੰ ਵਿਸ਼ਵਾਸ ਦਿਆਂ ਇਹ ਕੁਛ ਕੰਮ ਹੈ, ਮੋਦੀ ਜੀ ਨੇ ਜੋ ਆਖਿਆ ਉਹ ਕਰੀਏ ਦੱਸਿਆ, ਕੋਈ ਮਾਈ ਦਾ ਲਾਲ 370 ਲਾਖ ਮੋਦੀ ਜੀ ਦੇ ਬਗੈਰ ਉਹਨੇ ਦੇਸ਼ ਦੀ ਦਿਸ਼ਾ ਦਿੱਤੀ ਹੈ। ਇਹ ਸਾਰੇ ਭਰਾ ਲਾਲ ਸਾਹਿਬ ਆਖਿਆ ਰਹੇ ਕਿ ਆਰਤੀਆਂ ਸਾਰੀਆਂ ਫੌਜਾਂ ਨਹੀਂ, ਸਾਰੀਆਂ ਸਰਕਾਰਾਂ ਆਰਦੀਆਂ ਨਹੀਂ ਆਈ ਆਇਆ ਮੈਂ ਮੇਹ ਹਾਂ ਅਤੇ ਸਾਰੇ ਅਟਲ ਜੀ ਦਾ ਟੂਰ ਬਣਿਆ। ਉਹਨੇ ਪੁੱਛਿਆ ਜੀ ਪਰਿਸਥਿਤੀ ਕੀ ਹੈ, ਮੈਂ ਆਖਿਆ ਜੀ ਭਾਈ ਨੂੰ ਮੋਦੀ ਦਾ ਉਦਮ ਸੇ ਪਾਕਿਸਤਾਨ ਸੀ, ਹਮਾਰਾ ਆਰਡਰ ਜੋ ਹੈ ਉਹ ਹਮ ਪਹਿਲੇ ਕਮਾਂਡ ਕੋ ਦਿੱਤੇ ਹੈ, ਕਮਾਂਡ ਹੈਡਕੁਆਟਰ ਨੇ ਦਿੱਤਾ ਹੈ, ਫਿਰ ਉਹ ਮਿਨਿਸਟਰੀ ਨੇ ਜਾਤਾ ਹੈ, ਫਿਰ ਮਿਨਿਸਟਰੀ ਜੋ ਕਹੇ ਫਿਰ ਹਮ ਆਏਗਾ। ਅਟਲ ਜੀ ਕੋ ਆ ਲਈ ਹੈ ਅੱਜ ਤੱਕ, ਜਿੰਨਾ ਇੱਕ ਗੋਲਾ ਚੱਲਿਆ ਅਤੇ ਇਦਾਂ 100 ਗੋਲੇ ਚੱਲਦੇ ਆ, ਕਿੰਨੇ ਨਹੀਂ ਹੈ ਫਿਰ ਅੱਜ ਪਾਕਿਸਤਾਨ ਦੀ ਹਾਲਤ ਹੈ ਅਤੇ ਬਦਮਾਸ਼ ਫਾਇਰਿੰਗ ਬੰਦ ਕਰੀ। ਇਹ ਹੈ ਵਿਲ ਪਾਵਰ, ਇਹ ਹੈ ਸ਼ਕਤੀ, ਸਾਡਾ ਦੇਸ਼ ਇੰਨਾ ਮਜ਼ਬੂਤ ਹੈ ਕਿ ਸਾਡੀ ਕੀ ਮੰਗਣੀ ਹੈ ਸਾਡੇ ਦੇਸ਼ ਦਾ ਮਕਸਦ ਦਿਖਿਆ। ਮੈਂ
ਤੁਹਾਡੇ ਉੱਪਰੋਂ ਸਾਰੀ ਇੱਕ ਵਾਅਦਾ ਕਰਨਾ, ਈਸ਼ਵਰ ਨੇ ਵੀ ਮੌਕਾ ਦਿੱਤਾ ਹੈ, ਸਮਰਪਿਤ ਕਰੀ ਚੁੱਕਿਆ, ਮੈਨੂੰ ਕੁਛ ਨਹੀਂ ਚਾਹੀਦਾ, ਮੈਂ ਅੱਜ ਵੀ ਗੱਲ ਨਹੀਂ ਆਖਾਂ, ਅੱਜ ਵੀ ਕੁਛ ਨਹੀਂ ਚਾਹੀਦਾ, ਨਾ ਮੈਂ ਬੁਰਾ ਨੌਕਰੀ ਕਰਾਉਣਾ, ਨਾ ਵੀ ਕੋਈ ਠੀਕਾ ਚਾਹੀਦਾ, ਮਾਨਵਤਾ ਦੀ ਸੇਵਾ ਵਾਸਤੇ ਆਪਣਾ ਸਰਵਸਵ ਲੈ ਦੇਵੇ ਔਰ ਦੇਸ਼ ਦੀ ਸੇਵਾ ਵਾਸਤੇ ਸਮਰਪਿਤ ਹੋ ਗਏ। ਮੈਂ ਇੰਨਾ ਲਾਗੀ ਹੈ ਆਪਣੇ ਬਾਣੀ ਬਣਾ ਦਿੰਦਾ ਔਰ 11 ਪੰਜੀ ਆਪਣੀ ਉੱਥੋਂ ਕਰੇ ਹੋ, ਮੈਂ ਥੋੜ੍ਹਾ ਗਵਾ ਦਿੱਤਾ ਵੀ ਜਿੰਦਾਬਾਦ ਸ਼੍ਰੀ ਚੰਦਰ ਦਾਸ ਜਿੰਦਾ ਜੀ ਜਿੰਦਾਬਾਦ।